ਕਿ ਚੋਣਾਂ ਦਾ ਵਿਗਲ ਪੰਚਾਇਤੀ ਚੋਣਾਂ ਦਾ ਹਰਿਆਣੇ ਦੇ ਵਿੱਚ ਵੱਜ ਚੁੱਕਿਆ ਹੈ ਅੱਜ ਬੈਠੇ ਹਾਂਗੇ ਉਡਾ ਬਲਾਕ ਦੇ ਪਿੰਡ ਦਾਦੂ ਦੇ ਵਿੱਚ ਉਮੀਦਵਾਰ ਸਰਪੰਚੀ ਪਦ ਦੇ ਜੋ ਬਲਤੇਜ ਸਿੰਘ ਜੀ ਰਮਾਣਾ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਆਂ ਸਾਡੇ ਚੈਨਲ ਉੱਤੇ ਪਿਆਦਾ ਸਵਾਗਤ ਹੈ ਮੈਂ ਤੁਹਾਡਾ ਵੀ ਸਵਾਗਤ ਕਰਦਾ ਜੀ ਚੈਨਲ ਦਾ ਜਿੱਥੇ ਪਹੁੰਚਣ ਤੇ ਜੀ ਬਲਤੇਜ ਸਿੰਘ ਜੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਅਖਾੜਾ ਪੂਰਾ ਭੱਗ ਚੁੱਕਿਆ ਚੋਣਾਂ ਦਾ ਆਗਾਜ਼ ਕੀਤਾ ਤੁਹਾਨੂੰ ਉਮੀਦਵਾਰ ਬਣਾਇਆ ਮੇਰੇ ਪਿੰਡ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਾਰੇ ਨਿਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਮਾਨਦਾਰੀ ਨਾਲ ਕੰਮ ਕਰਾਂਗੇ ਜੀ ਨਸ਼ਾ ਮੁਕਤ ਪਿੰਡ ਕਰਾਂਗੇ ਅਸੀਂ ਤੇ ਆਪਣਾ ਸਫਾਈ ਵਿਹਾਨ ਚਲਾਵਾਂਗੇ ਜੀ ਤੇ ਔਰ ਜਿਹੜੇ ਕੋਈ ਕਾਰਡ ਵਗੈਰਾ ਜਿਵੇਂ ਆਜੀਸ਼ਮਾਨ ਕਾਰਡ ਹੋਵੇ ਨੀਲੇ ਕਾਰਡ ਹੋਵੇ ਲੋੜਵੰਦ ਪਰਿਵਾਰਾਂ ਦੇ ਜੋ ਵੀ ਰਹਿੰਦੇ ਹਨ ਉਹ ਸਾਰਾ ਕੰਮ ਕਰਾਂਗੇ ਤੁਸੀਂ ਤੁਹਾਡਾ ਇਹ ਬਲਤੇ ਸਿੰਘ ਜੀ ਰਾਜਨੀਤੀ ਔਨ ਦਾ ਕਿਵੇਂ ਮੂਡ ਬਣਿਆ ਤੁਸੀਂ ਪਹਿਲਾਂ ਵੀ ਕਿਸੇ ਕੋਈ ਰਾਜਨੀਤੀ ਚੋਂ ਲੜੀ ਹੈ ਜਾਂ ਪਹਿਲੀ ਵਾਰੀ ਮਤਲਬ ਪਿੰਡ ਦੇ ਵਿੱਚ ਸਭੰਤੀ ਪਦ ਦਾ ਜਿਉਂ ਲੜਦੇ ਹੋ ਲੋਕਾਂ ਨੇ ਪਿੰਡ ਦੇ ਸਿਆਣੇ ਸੂਝਵਾਨ ਲੋਕਾਂ ਉਹਨਾਂ ਨੇ ਮੈਨੂੰ ਕਿਹਾ ਜੀ ਵੀ ਤੁਸੀਂ ਇਸ ਲੈਣ ਦੇ ਵਿੱਚ ਆਓ ਤਾਂ ਮੈਂ ਉਹਨਾਂ ਦਾ ਉਹਨਾਂ ਨੇ ਮੇਰਾ ਸਾਥ ਦਿੱਤਾ ਤਾਂ ਮੈਂ ਉਹਨਾਂ ਦੇ ਕਹਿਣ ਕਰਕੇ ਨਵਾਂ ਸਰਕਾਰ ਨੇ ਪਿਛਲੇ ਪਲਾਨ ਵੀ ਲੈਤਾ ਸੀਗਾ ਹੀ ਪੜ੍ਹੇ ਲਿਖਿਆ ਵਾਲਾ ਫੈਸਲਾ ਦਿੱਤਾ ਜੀ ਸਰਕਾਰ ਦਾ ਫੈਸਲਾ ਸਰਪੰਚ ਪੜ੍ਹੇ ਲਿਖਿਆ ਹੋਣਾ ਚਾਹੀਦਾ ਜੀ ਤਾਂ ਉਹਨੂੰ ਜੋ ਸਾਰੀਆਂ ਸਹੂਲਤਾਂ ਉਹਨਾਂ ਬਾਰੇ ਜੀ ਖਾੜਾ ਪੂਰਾ ਭੱਜ ਚੁੱਕਿਆ ਗਿਆ ਤੁਸੀਂ ਪਿੰਡ ਵਿੱਚ ਡੋਰ ਟੂ ਡੋਰ ਜਾ ਰਹੇ ਹੋ ਹਰ ਇੱਕ ਘਰ ਦੇ ਵਿੱਚ ਪਹੁੰਚ ਕਰ ਰਹੇ ਹੋ ਮਿਲਣ ਦੀ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਪਿੰਡ ਦੇ ਵਿੱਚ ਸਾਨੂੰ ਪਿੰਡ ਦਾ ਬਹੁਤ ਵਧੀਆ ਸਾਥ ਮਿਲ ਰਿਹਾ ਜੀ ਸਾਰੇ ਪਿੰਡ ਦਾ ਇਸ ਰਲਤੋਈ ਬਣਾ ਸ਼ਾਹ ਰੋਕੂ ਕਮੇਟੀ ਬਣਾਵਾਂਗੇ ਜੀ ਉਹਦੇ ਵਿੱਚ ਮੈਂਬਰ ਚੁਣੇ ਲੈਣਗੇ ਤਾਂ ਕਿ ਉਹ ਨਾਲ ਸਾਥ ਦੇ ਕੇ ਮੇਰੇ ਨਾਲ ਚੱਲਣਾ ਆ ਆਪਾਂ ਨਸ਼ਾ ਮੁਕਤ ਪਿੰਡ ਕਰੀਏ ਸਤ ਸ੍ਰੀ ਅਕਾਲ ਦੋਸਤੋ ਮੈ ਰੇਸ਼ਮ ਸਿੰਘ ਦਾਦੂ ਤੁਸੀਂ ਦੇਖ ਰਹੇ ਹੋ ਆਰਡੀਆ ਨਿਊਜ਼ ਵਿੱਚ ਸੱਤਾ ਨੂੰ ਪਤਾ ਹੈ ਕਿ ਚੋਣਾਂ ਦਾ ਵਿਗਲ ਪੰਚਾਇਤੀ ਚੋਣਾਂ ਦਾ ਹਰਿਆਣੇ ਦੇ ਵਿੱਚ ਵੱਜ ਚੁੱਕਿਆ ਦੋ ਕਿ ਅਸੀਂ ਅੱਜ ਬੈਠੇ ਹਾਂਗੇ ਹੁੱਡਾਂ ਬਲਾਕ ਦੇ ਪਿੰਡ ਦਾਦੂ ਦੇ ਵਿੱਚ ਉੱਥੋਂ ਦੇ ਉਮੀਦਵਾਰ ਸਰਪੰਚੀ ਪਦ ਦੇ ਜੋ ਬਲਤੇਜ ਸਿੰਘ ਜੀ ਰਮਾਣਾ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਆ ਇਥੇ ਦੂਜੇ ਪੜਾ ਦੇ ਵਿੱਚ ਇਸ ਸਰਸਾ ਜਲੇ ਵਿੱਚ ਚੋਣਾ ਹੋਣੀ ਹੈ ਜਿਹੜੀਆਂ ਪੰਚਾਇਤੀ ਚੋਣਾ ਉਹਨਾਂ ਨੂੰ ਲੈ ਕੇ ਅਸੀਂ ਅੱਜ ਇੱਕ ਨੌਜਵਾਨ ਬਲਤੇਜ ਸਿੰਘ ਰਮਾਣਾ ਜੀ ਨਾਲ ਗੱਲਬਾਤ ਕਰਦੇ ਆ ਬਲਤੇਜ ਸਿੰਘ ਜੀ ਤੁਹਾਡਾ ਸਾਡੇ ਚੈਨਲ ਉੱਤੇ ਪਹਿਲਾਂ ਸਵਾਗਤ ਹੈ ਮੈਂ ਤੁਹਾਡਾ ਵੀ ਸਵਾਗਤ ਕਰਦਾ ਜੀ ਚੈਨਲ ਦਾ ਇੱਥੇ ਪਹੁੰਚਣ ਤੇ ਸਤਿ ਸ੍ਰੀ ਅਕਾਲ ਜੀ ਸਾ ਬਲਤੇਜ ਸਿੰਘ ਜੀ ਚੋਣਾਂ ਦਾ ਵਿਕਲ ਵੱਜ ਚੁੱਕਿਆ ਹੈ ਅਖਾੜਾ ਪੂਰਾ ਭਖ ਚੁੱਕਿਆ ਚੋਣਾਂ ਦਾ ਤਾਂ ਚੋਣਾਂ ਨੂੰ ਲੈ ਕੇ ਤੁਸੀਂ ਇੱਕ ਨੌਜਵਾਨੋਂ ਲੋਕਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ ਤੁਹਾਨੂੰ ਉਮੀਦਵਾਰ ਬਣਾਇਆ ਤਾਂ ਕੀ ਕੀ ਤੁਸੀਂ ਏਜੰਡੇ ਲੈ ਕੇ ਚੋਣ ਲੜ ਰਹੇ ਹੋ ਮੇਰੇ ਪਿੰਡ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਨੂੰ ਸਾਰੇ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਕੰਮ ਕਰੂੰਗਾ ਜੀ ਉਸ ਤੋਂ ਬਾਅਦ ਜੋ ਵੀ ਜਿਵੇਂ ਪਿੰਡ ਦੇ ਵਿੱਚ ਨਸ਼ਾ ਮੁਕਤ ਪਿੰਡ ਕਰਾਂਗੇ ਅਸੀਂ ਤੇ ਆਪਣਾ ਸਫਾਈ ਵਿਹਾਨ ਚਲਾਵਾਂਗੇ ਜੀ ਤੇ ਔਰ ਜਿਹੜੇ ਕੋਈ ਕਾਰਡ ਵਗੈਰਾ ਜਿਵੇਂ ਆਜੀਸ਼ਮਾਨ ਕਾਰਡ ਹੋ ਗਏ ਨੀਲੇ ਕਾਰਡ ਹੋ ਗਏ ਲੋੜਵੰਦ ਪਰਿਵਾਰਾਂ ਦੇ ਜੋ ਵੀ ਰਹਿੰਦੇ ਹਨ ਉਹ ਸਾਰਾ ਕੰਮ ਕਰਾਂਗੇ ਜੀ ਤੁਸੀਂ ਤੁਹਾਡਾ ਇਹ ਬਲਤੇ ਸਿੰਘ ਜੀ ਰਾਜਨੀਤੀ ਆਉਣ ਦਾ ਕਿਵੇਂ ਮੂਡ ਬਣਿਆ ਤੁਸੀਂ ਪਹਿਲਾਂ ਵੀ ਕਿਸੇ ਕੋਈ ਰਾਜਨੀਤੀ ਚੋਂ ਲੜੀਆ ਜਾਂ ਪਹਿਲੀ ਵਾਰੀ ਮਤਲਬ ਪਿੰਡ ਦੇ ਵਿੱਚ ਸਰਪੰਚੀ ਪਦ ਦਾ ਜੋ ਲੜ ਰਹੇ ਹੋ ਲੋਕਾਂ ਨੇ ਜੋ ਸਾਡੇ ਪਿੰਡ ਦੇ ਸਿਆਣੇ ਸੂਝਵਾਨ ਲੋਕਾ ਉਹਨਾਂ ਨੇ ਮੈਨੂੰ ਕਿਹਾ ਜੀ ਵੀ ਤੁਸੀਂ ਇਸ ਲੈਂਡ ਦੇ ਵਿੱਚ ਆਓ ਤਾਂ ਮੈਂ ਉਹਨਾਂ ਦਾ ਉਹਨਾਂ ਨੇ ਮੇਰਾ ਸਾਥ ਦਿੱਤਾ ਤਾਂ ਮੈਂ ਉਹਨਾਂ ਦੇ ਕਹਿਣ ਕਰਕੇ ਰਾਜਨੀਤੀ ਵਿੱਚ ਆਇਆ ਜੀ। ਸਿਮੇਨ ਪਿੰਡ ਦਾ ਕੀ ਮਸਲਾ ਲੈ ਕੇ ਚੱਲੇ ਹੋਣ ਕੀ ਲੱਗਦਾ ਜਿਹੜਾ ਕਿ ਸਭ ਤੋਂ ਵੱਡਾ ਮਸਲਾ ਹੈ। ਸਭ ਤੋਂ ਵੱਡਾ ਮਸਲਾ ਤਾਂ ਜੀ ਇੱਕ ਤਾਂ ਨਸ਼ੇ ਦਾ ਬਹੁਤ ਵੱਡਾ ਜੋ ਜਾਲ ਫੈਲਿਆ ਹੋਇਆ ਉਹਨੂੰ ਨਸ਼ਾ ਮੁਕਤ ਕਰਾਂਗੇ ਅਸੀਂ ਪਿੰਡ ਸਾਥ ਦੇਊਗਾ ਜੀ ਤਾਂ ਪਿੰਡ ਹੁਣ ਵੀ ਸਾਥ ਦੇ ਰਿਹਾਗਾ। ਤੇ ਉਸ ਸਭ ਤੋਂ ਪਹਿਲਾਂ ਨਸ਼ਾ ਮੁਕਤ ਕਰਾਂਗੇ ਜਾਂ ਜੋ ਵੀ ਆਪਣੇ ਪਿੰਡ ਦੇ ਵਿੱਚ ਸਮੱਸਿਆ ਜੀ ਸਾਰੀਆਂ ਹੱਲ ਕਰਾਂਗੇ ਜਿਵੇਂ ਸਾਡੇ ਪਿੰਡ ਦੇ ਵਿੱਚ ਪਲੇਗਰਾਉਂਡ ਨਹੀਂ ਹੈ ਜੀ ਸਕੂਲ ਦੇ ਵਿੱਚ ਵੀ ਕੋਈ ਗਰਾਉਂਡ ਨਹੀਂ ਹੈ ਜੀ ਬੱਚਿਆਂ ਨੂੰ ਸਕੂਲ ਵੀ ਸਕੂਲ ਦੀ ਵੀ ਪੂਰੀ ਨਿਗਰੱਖਾਂਗੇ ਜੀ ਉਸ ਤੇ ਆਪਣਾ ਜਿਵੇਂ ਸਿੱਖਿਆ ਦਾ ਹੋ ਗਿਆ ਜੀ ਬੇਟੀਆਂ ਬਾਹਰ ਪੜਨ ਜਾਂਦੀਆਂ ਹਨ ਉਹਨੂੰ ਅਪਗ੍ਰੇਡ ਕਰਾਂਗੇ ਜੀ ਤਾਂ ਕਿ ਬੇਟੀਆਂ ਇੱਥੇ ਪੜਨ ਤਾਂ ਤੁਸੀਂ ਬਲਦੇਵ ਸਿੰਘ ਜੀ ਕੀ ਸਰਕਾਰ ਦਾ ਜਿਹੜਾ ਫੈਸਲਾ ਨਵਾਂ ਸਰਕਾਰ ਨੇ ਪਿਛਲੇ ਪਲਾਨ ਵੀ ਲੈਤਾ ਸੀਗਾ ਹੀ ਪੜ੍ਹੇ ਲਿਖਿਆ ਵਾਲਾ ਫੈਸਲਾ ਲੈਂਦਾ। ਇਸ ਨੂੰ ਤੁਸੀਂ ਕਿਵੇਂ ਮੰਨਦੇ ਹੋਗੇ? ਇਹ ਬਿਲਕੁਲ ਬਹੁਤ ਵਧੀਆ ਜੀ ਸਰਕਾਰ ਦਾ ਫੈਸਲਾ ਸਰਪੰਚ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਜੀ ਤਾਂ ਉਹਨੂੰ ਜੋ ਸਾਰੀਆਂ ਸਹੂਲਤਾਂ ਉਹਨਾਂ ਬਾਰੇ ਪਤਾ ਹੋਵੇ। ਜਿਵੇਂ ਕਿ ਪਿੰਡ ਦੇ ਵਿੱਚ ਅਗਿਆਨਤਾ ਦੇ ਕਾਰਨ ਜੋ ਪਰਿਵਾਰ ਆਯੂਸ਼ਮਾਨ ਕਾਰਡ ਹੋ ਗਿਆ ਜੀ ਵਿੱਚ ਬਹੁਤ ਲੋਕਾਂ ਨੂੰ ਨਹੀਂ ਪਤਾ ਜੀ ਤਾਂ ਉਹ ਜਿਨ੍ਹਾਂ ਨੂੰ ਲੋੜਵੰਦ ਪਰਿਵਾਰਾਂ ਦੇ ਆਯੂਸ਼ਮਾਨ ਕਾਰਡ ਬਣਾਵਾਵਾਂਗੇ ਜਿਵੇਂ ਆਪਣੇ ਕਾਰਡ ਹੋ ਗਏ ਜੀ ਬੀਪੀਐਲ ਕਾਰਡ ਹੋ ਗਏ ਉਹ ਵਿੱਚ ਬਹੁਤ ਘਰਾਂ ਦੇ ਰਹਿੰਦੇ ਆ ਜੀ ਉਹ ਵੀ ਉਹਨਾਂ ਦੇ ਦੇ ਆਪਣੇ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਉਹ ਵੀ ਉਹਨਾਂ ਦੇ ਸਾਰੇ ਬਣਾਏ ਜਾਣਗੇ ਹੰਬਲ ਤੇ ਸਿੰਘ ਜੀ ਖਾੜਾਪੁਰ ਇਹ ਪੱਖ ਚੁੱਕਿਆ ਗਿਆ ਤੁਸੀਂ ਪਿੰਡ ਵਿੱਚ ਡੋਰ ਟੂ ਡੋਰ ਜਾ ਰਹੇ ਹੋ ਹਰ ਇੱਕ ਘਰ ਦੇ ਵਿੱਚ ਪਹੁੰਚ ਕਰ ਰਹੇ ਮਿਲਣ ਦੀ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਪਿੰਡ ਦੇ ਵਿੱਚੋਂ ਸਾਨੂੰ ਪਿੰਡ ਦਾ ਬਹੁਤ ਵਧੀਆ ਸਾਥ ਮਿਲ ਰਿਹਾ ਜੀ ਸਾਰੇ ਪਿੰਡ ਦਾ ਇਸ ਗੱਲ ਤੋਂ ਵੀ ਮੈਂ ਧੰਨਵਾਦ ਕਰਦਾ ਜੀ ਤੁਸੀਂ ਰਮਣਾ ਸਾਹਿਬ ਜੀ ਤੁਹਾਨੂੰ ਪਿੰਡ ਨੇ ਵਧੀਆ ਜਿਦੋਂ ਪਿੰਡ ਵੱਲੋਂ ਥੋੜੀ ਜਿੱਤ ਹੁੰਦੀ ਹੈ ਜਿੱਤ ਕਰਾਉਂਦੀ ਹੈ ਪਿੰਡ ਨੇ ਕਰਾਉਣੀ ਹੁੰਦੀ ਹੈਗੀ ਤਾਂ ਤੁਸੀਂ ਸਭ ਤੋਂ ਵੱਡਾ ਜਿਹੜਾ ਅੱਜਕੱਲ ਸ਼ੇਮਾ ਤਰਾਕ ਨਸ਼ਾ ਚੱਲ ਰਿਹਾ ਹੈਗਾ ਉਸ ਨੂੰ ਲੈ ਕੇ ਕੀ ਕਹੋਗੇ ਮੈਂ ਉਸ ਨਸ਼ੇ ਬਾਰੇ ਕਹਿ ਰਿਹਾ ਹਾਂ ਵੀ ਪਿੰਡ ਮੇਰਾ ਸਾਥ ਦੇਵੇ ਜੀ ਤੇ ਮੈਂ ਉਸ ਨਸ਼ਾ ਮੁਕਤ ਪਿੰਡ ਕਰਨਾ ਚਾਹੂੰਗਾ ਜੀ ਪ੍ਰਸ਼ਾਸਨ ਦੀ ਵੀ ਸਹਿਯਤਾ ਮੰਗਦਾ ਇਸ ਗੱਲ ਤੇ ਪ੍ਰਸ਼ਾਸਨ ਵੀ ਸਾਥ ਦੇਵੇ ਤੇ ਉਹਨਾਂ ਨੂੰ ਆਪਾਂ ਹੱਥ ਬੰਨ੍ਹ ਕੇ ਕਵਾਂਗੇ ਜਾਂ ਜੋ ਵੀ ਜਿਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਵੀ ਪਿੰਡ ਦੇ ਵਿੱਚ ਵੀ ਨਸ਼ਾ ਮੁਕਤ ਪਿੰਡ ਹੋਵੇ ਆਪਾਂ ਉਸੇ ਤਰ੍ਹਾਂ ਹੀ ਚੱਲਾਂਗੇ ਜੀ ਇੱਕ ਨਸ਼ਾ ਰੋਕੂ ਕਮੇਟੀ ਬਣਾਵਾਂਗੇ ਜੀ ਉਹਦੇ ਵਿੱਚ ਮੈਂਬਰ ਜੁਨੇ ਜਾਣਗੇ ਤਾਂ ਕਿ ਉਹ ਨਾਲ ਸਾਥ ਦੇ ਕੇ ਮੇਰੇ ਨਾਲ ਚੱਲਣ ਤਾਂ ਆਪਾਂ ਨਸ਼ਾ ਮੁਕਤ ਪਿੰਡ ਕਰਗੇ ਜੀ ਹਾਂਜੀ ਬਲਤੇਜ ਸਿੰਘ ਨੇ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਜੀ ਕਹਿੰਦੇ ਵੀ ਨਸ਼ਾ ਰੋਕੋ ਅਸੀਂ ਕਮੇਟੀ ਪਿੰਡ ਵਿੱਚ ਬਣਾਵਾਂਗੇ ਜੇਕਰ ਲੋਕਾਂ ਨੂੰ ਸਾਨੂੰ ਸਾਥ ਦਿੱਤਾ ਲੋਕਾਂ ਨੇ ਜਿੱਤ ਪ੍ਰਾਪਤ ਕਰਾਈ ਤਾਂ ਲੋਕਾਂ ਦੀਆਂ ਮੀਡਾਂ ਉੱਤੇ ਇਹਨਾਂ ਨੇ ਦੱਸਿਆ ਕਿ ਅਸੀਂ ਖਰੇ ਉਤਰਾਂਗੇ ਤਾਂ ਇੱਕ ਜਿਹੜਾ ਸੇਮਾ ਦਰਿਆ ਨਸ਼ਾ ਨਸ਼ੇ ਦੇ ਮੁੱਦੇ ਦੇ ਬਲਤੇਜ ਸਿੰਘ ਨੇ ਤੁਹਾਡੇ ਸਾਹਮਣੇ ਵਾਰ-ਵਾਰ ਆਪਾਂ ਨੂੰ ਕਹਿ ਰਹੇ ਨੇ ਇੱਕ ਨਸ਼ਾ ਬਹੁਤ ਵੱਡਾ ਮੁੱਦਾ ਬਣਦਾ ਜਾ ਰਿਹਾ ਹੈਗਾ ਜੋ ਕਿ ਅੱਜ ਕੱਲ੍ਹ ਕੱਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਪੁਲਿਸ ਪ੍ਰਸ਼ਾਸਨ ਵੀ ਕਿੱਥੇ-ਕਿੱਥੇ ਜਾਵੇ ਇਸ ਕਰਕੇ ਵੀ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਜਾਣ ਤਾਂ ਕਿ ਨਸ਼ਾ ਮੁਕਤ ਆਪਣਾ ਪਿੰਡ ਹੋ ਸਕਦਾ ਤਾਂ ਜਿਹੜਾ ਕਿ ਬਹੁਤ ਜ਼ਿਆਦਾ ਨਸ਼ਾ ਫੈਲ ਰਿਆ ਹੋਇਆ ਹੋਰ ਕੋਈ ਪਿੰਡਵਾਰੇ ਕੀ ਤੁਸੀਂ ਅਪੀਲ ਕਰਦੇ ਹੋ ਪਿੰਡ ਨੂੰ ਜੀ ਇੱਕ ਪਿੰਡ ਨੂੰ ਅਪੀਲ ਕਰਨੇ ਸੀ ਇਹ ਵੀ ਅਪੀਲ ਕਰਦੇ ਆ ਵੀ ਜਿਸ ਤਰ੍ਹਾਂ ਗੰਦੇ ਪਾਣੀ ਦਾ ਸੀਵਰ ਅਡ ਕਰਕੇ ਸੀਚੇਵਾਲ ਸਿਸਟਮ ਬਣਾਇਆ ਜਾਵੇ ਜੀ ਉਹ ਪਹਿਲੇ ਪਨਾਲ ਤੋਂ ਦੂਜੇ ਦੇ ਵਿੱਚ ਦੂਜੇ ਤੋਂ ਤੀਜੇ ਦੇ ਵਿੱਚ ਉਸ ਤੋਂ ਬਾਅਦ ਜੋ ਪਾਣੀ ਸੁਧਰੂਗਾ ਉਹ ਖੇਤਾਂ ਦੇ ਲਈਕ ਹੋਵੇ ਔਰ ਖੇਤੀ ਨੂੰ ਵੀ ਲਾਭ ਮਿਲੇ ਜੀ ਇੱਕ ਸਾਡੇ ਪਿੰਡ ਦੇ ਵਿੱਚ ਬੱਸਾਂ ਦੀ ਪ੍ਰੋਗਰਾਮ ਹੈ ਜੀ ਤੇ ਉਹ ਜੋ ਬੇਟੀਆਂ ਜਾਂ ਬੱਚੇ ਪੜ੍ਹਨ ਜਾਂਦੇ ਹਨ ਉਹਨਾਂ ਨੂੰ ਕਾਲਜ ਸਕੂਲ ਜਾਣ ਖਾਤਰ ਵਿਚਾਰੇ ਲੇਟ ਹੋ ਜਾਂਦੇ ਆ ਜੀ ਤਾਂ ਅਸੀਂ ਉਹ ਵੀ ਬੱਸਾਂ ਦਾ ਵੀ ਸਹੂਲਤ ਛੇਤੀ ਤੋਂ ਛੇਤੀ ਕਰਾਵਾਂਗੇ ਜੀ ਔਰ ਸਕੂਲ ਨੂੰ ਵੀ ਅਪਗ੍ਰੇਡ ਕਰਾਵਾਂਗੇ ਤਾਂ ਕਿ ਉੱਚ ਸਿੱਖਿਆ ਲੈ ਕੇ ਇੱਥੋਂ ਬੱਚੇ ਖੇਡਾਂ ਦੇ ਵਿੱਚ ਵੀ ਜਾਣ ਤੇ ਆਪਣੇ ਪਲੇ ਗਰਾਉਂਡ ਵੀ ਬਣਾਵਾਂਗੇ ਖੇਡਣਾ ਜੀ ਬੱਚੇ ਬਾਹਰ ਮੱਲਾ ਮਾਰਨਾ ਤਾਂ ਸਾਡੇ ਪਿੰਡ ਦਾ ਵੀ ਨਾਮ ਰੋਸ਼ਨ ਹੋ ਸਕੇ ਜੀ ਗਲੀਆਂ ਨਾਲੀਆਂ ਕਿੰਨਾ ਕਿ ਸਾਡੇ ਕਮ ਰੇਂਦਾ ਹੀ ਹੈ ਜੀ ਜੋ ਗਲੀਆਂ ਨਾਲੀਆਂ ਰਹਿੰਦੀਆਂ ਹਨ ਉਹਨਾਂ ਨੂੰ ਪੂਰੀਆਂ ਕਰਾਵਾਂਗੇ ਜੀ ਉਹ ਸਾਰਾ ਕੰਮ ਦੇਖ ਰੇਖ ਦੇ ਵਿੱਚ ਕਰਕੇ ਪੂਰਾ ਕਰਾਂਗੇ ਅਸੀਂ ਪਿੰਡ ਵਾਸੀਆਂ ਦੀ ਉਮੀਦ ਤੇ ਖਰਾ ਉਤਰਾਂਗੇ ਜੀ ਅੱਛਾ ਤੁਹਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਸਰਪੰਚ ਪੰਚਾਇਤਾਂ ਰਹੀਆਂ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਰਿਹਾ ਸਾਰੇ ਸਰਪੰਚ ਮੇਰੇ ਸਤਿਕਾਰਯੋਗ ਹੈ ਜੀ ਉਹਨਾਂ ਨੇ ਵੀ ਵਧੀਆ ਕੰਮ ਕੀਤਾਗਾ ਜੋ ਕੰਮ ਅਧੂਰਾ ਰਹਿ ਗਿਆ ਜਿਵੇਂ ਯੁੱਗ ਬਦਲ ਰਿਹਾ ਜੀ ਯੁੱਗ ਦੇ ਮੁਤਾਬਕ ਸਾਰਾ ਕੰਮ ਸਿਸਟਮ ਬਦਲੀ ਜਾਂਦਾ ਜੋ ਰਹਿੰਦਾ ਉਹ ਅਸੀਂ ਪੂਰਾ ਕਰਾਂਗੇ ਜੀ ਸਾਰੇ ਸਰਪੰਚ ਮੇਰਾ ਸਤਿਕਾਰਯੋਗ ਨੇ ਜੀ ਸਾਰਿਆਂ ਨੂੰ ਅੱਸੀ ਕਹਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਬਾ ਆਉਣ ਵਾਲੀ 12 ਤਰੀਕ ਨੂੰ ਮੈਨੂੰ ਵੋਟ ਪਾ ਕੇ ਸਫਲ ਬਣਾਓ ਤਾਂ ਮੈਂ ਤੁਸੀਂ ਮੇਰਾ ਸਾਥ ਦਿੱਤਾ ਮੈਂ ਤੁਹਾਡੇ ਸਾਰੇ ਪਿੰਡ ਦਾ ਦੀਆਂ ਉਮੀਦਾਂ ਉੱਤੇ ਖਰਾ ਉਤਰੂ ਹਾਂ ਜੀ ਇਹ ਸਾਨੂੰ ਇਹ ਔਡਾਂ ਬਲਾਕ ਦੇ ਪਿੰਡ ਦਾਦੂ ਤੋਂ ਸਾਡੇ ਨਾਲ ਬਲਤੇਜ ਸਿੰਘ ਜੀ ਰਮਾਣਾ ਇੱਕ ਨੌਜਵਾਨ ਮੁੰਡੇ ਨੇ ਜੋ ਕਿ ਪਿੰਡ ਨੇ ਇਹਨਾਂ ਨੂੰ ਚੋਣ ਦੇ ਵਿੱਚ ਮદાન ਦੇ ਉਤਾਰੇਗਾ ਇਹ ਦਾਉਣ ਵਾਲੀ 12 ਤਰੀਕ ਹੀ ਦੱਸੂਗੀ ਪਿੰਡ ਦਾ ਕੀ ਫੈਸਲਾ ਅਤੇ ਇਹਨਾਂ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਦੱਸੀਆਂ ਜਿਹੜਾ ਕਿ ਇਹਨਾਂ ਦੇ ਮਨ ਦੇ ਵਿੱਚ ਜਜਵਾ ਹੈ ਪਿੰਡ ਲਈ ਕਰਨ ਲਈ ਤਾਂ ਜੇ ਪਿੰਡ ਇਹਨਾਂ ਦਾ ਸਾਥ ਦਿੰਦਾ ਗਲੀਆਂ ਨਾਲੀਆਂ ਤੋਂ ਇਲਾਵਾ ਜਵੇਂ ਸਕੂਲ ਦੇ ਵਿੱਚ ਅਪਗ੍ਰੇਡ ਕਰਨਾ ਬੱਸਾਂ ਦੀ ਪ੍ਰੋਬਲਮ ਵੱਡੀ ਦੱਸੀ ਹੈ ਹੋਰ ਵੀ ਜਿੰਨੇ ਕੰਮ ਨੇ ਪੀਣ ਵਾਲੇ ਪਾਣੀ ਦਾ ਸ਼ੁੱਧ ਕਰਨਾ ਜੇ ਸੀਭਰੇ ਦੇ ਬਾਰੇ ਵੀ ਬਹੁਤ ਵੱਡਾ ਇਹਨਾਂ ਨੇ ਇੱਕ ਫੈਸਲਾ ਲੈਣ ਜਾ ਰਹੇ ਨੇ ਤਾਂ ਇਹ ਤਾਂ ਆਉਣ ਵਾਲੀ 12 ਤਰੀਕ ਦੱਸੂਗੀ ਪਿੰਡ ਦੇ ਵਿੱਚ ਇਹਨਾਂ ਨੂੰ ਕਿੰਨਾ ਖਾਸ ਦੇ ਕੇ ਕਿੰਨੀ ਵੋਟਾਂ ਤੇ ਜਿੱਤ ਹਾਰ ਕੀ ਦੀ ਹੋਣੀ ਹੈ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਸੋ ਅੱਗੇ ਤੁਹਾਨੂੰ ਇਸ ਤਰ੍ਹਾਂ ਦੀ ਅਪਡੇਟ ਦਿਖਾਉਂਦੇ ਰਹਿਗੇ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇੱਕ ਲੋਕਾਂ ਤੱਕ ਹਰ ਇੱਕ ਦਾ ਮੈਸੇਜ ਪਹੁੰਚੇ ਤਾਂ ਅੱਗੇ ਵੀ ਕਿਸੇ ਨੂੰ ਲੈ ਕੇ ਚੱਲਦੇ ਆਂ ਪੜਾ ਦੇ ਵਿੱਚ ਕਿਸੇ ਹੋਰ ਸਰਪੰਚ ਜ਼ਿਲ੍ਹਾ ਪ੍ਰਸ਼ਦ ਬਲਾਕ ਸਮਤੀ ਦੇ ਮੈਂਬਰ ਨਾਲ ਕਰਾਉਣੇ ਹਨ ਓਡੀ ਗੱਲ ਧੰਨਵਾਦ